ਦੂਰ ਰਾਤੀ ਇਲੀ ਦੀਆਂ ਧੀਆਂ ਦੇ ਉੱਤੇ ਬਹੁ ਔਖੀਆਂ ਆਈਆਂ। ਇੱਕ ਸ਼ਾਮ ਹੈ ਸ਼ਹੀਦਾਂ, ਇੱਕ ਸ਼ਾਮ ਹੈ ਗਰੀਬ। ਜੋ ਹੁਕਮ ਦਿੱਤਾ ਇਹਨੇ ਬਿਸਮਿਲ੍ਲਾ ਬੈਜਾਨ ਜ਼ਿੰਦਗੀ ਦਰਾ ਦੋ। ਇੱਕ ਸ਼ਾਮ ਹੈ ਸ਼ਹੀਦਾਂ, ਇੱਕ ਸ਼ਾਮ ਹੈ ਗਰੀਬਾਂ। ਜ਼ਿੰਦਗੀ ਹੋਈ ਬੈਜਾਨ ਸ਼ਾਮ ਹੈ ਗਰੀਬਾਂ ਔਰ ਸ਼ਾਮ ਹੈ ਸ਼ਹੀਦਾਂ ਦੇ ਫਰਕ ਹੈ। ਤੇਰੀ ਕੌਮ ਦੇ ਬੱਚੇ ਜਾਣਦੇ ਜ਼ਾਕਰ ਦਾ ਕੰਮ ਹੁੰਦਾ ਯਾਦ ਧਿਆਨ ਨਹੀਂ ਕਰਾਵਣਾ। ਬਾਈ ਜਾਨ ਸ਼ਾਮ ਸ਼ਹੀਦਾਂ ਉਹ ਰਾਤ ਆਈ ਜਿਹੜੀ ਕੱਲ੍ਹ ਰਾਤ ਤੁਸਾਂ ਜਾਗ ਕੇ ਗੁਜ਼ਾਰੀਏ। ਭਾਵੇਂ ਤੱਸੇ ਹੈਨ ਮਾਵਾਂ ਦੀਆਂ ਝੋਲੀਆਂ 'ਚ ਪੁੱਤਰ ਹੈਨ, ਮੈਂ ਸਦਕੇ ਥੀਵਾਂ। ਭਾਵੇਂ ਤੱਸੇ ਹੈਨ ਬਿਸਮਿਲ੍ਲਾ ਮਾਵਾਂ ਦੀਆਂ ਝੋਲੀਆਂ 'ਚ ਪੁੱਤਰ ਹੈਨ, ਭੇਣੀ ਕੋਲੋਂ ਭਰਾ ਹੈਨ। ਤੇ ਜਿਹੜੀ ਅੱਜ ਰਾਤ ਤੁਸਾਂ ਗੁਜ਼ਰੇਂਦੇ ਪਏ, ਨਾ ਮਾਵਾਂ ਕੋਲ ਪੁੱਤਰ ਹੈਨ ਬਿਸਮਿਲ੍ਲਾ, ਨਾ ਭੇਣੀ ਕੋਲੋਂ ਫਿਰਾ ਹੈ। ਤੁਸਾਂ ਯਕੀਨਨ ਪਿਛਲੀ ਰਾਤ ਜਾਗੇ ਹੋ, ਸੁਣ ਅਜ਼ਾਦਾਰ ਬੈਠੇ ਹੋ, ਤੇ ਸ਼ਬੇ ਅਸ਼ੂਰ ਬਹਿ ਜਾਣ ਜ਼ਿੰਦਗੀ ਦਰਾਜ ਵਿੱਚ। ਚਾਚਾ ਜੀ, ਸ਼ਬੇ ਅਸ਼ੂਰ ਦਾ ਜਾਗਣ ਇਹ ਅਲੀ ਦੀਆਂ ਧੀਆਂ ਦੇ ਸੁਨਤ ਵੇ। ਜੈ ਭੇਣ ਕੋ ਪਤਾ ਹੋਵੇ ਜੋ ਮੇਰੇ ਫਿਰਾ ਦੀ ਆਖਰੀ ਰਾਤ ਰਹਿ ਗਈ ਹੈ, ਜੈ ਮਾਂ ਕੋ ਪਤਾ ਹੋਵੇ ਜੋ ਮੇਰੇ ਪੁੱਤਰ ਦੀ ਆਖਰੀ ਰਾਤ ਦੇ ਪਰਦਾਦਾਰ ਕਦਾ ਸਮਝਣ। ਬਿਸਮਿਲ੍ਲਾ ਭਾਈਜਾਨ, ਸਾਰੀ ਰਾਤ ਨਹੀਂ ਸੁੱਤਿਆਂ, ਤੁਸਾਂ ਇੱਕ ਰਾਤ ਜਾਗੇ ਵੇ ਨਾ, ਥੱਕ ਪਏ ਉਸ ਹੁਣੇ ਮਜਲਿਸ ਮੁਕਵੇ ਸੀ, ਫਿਤਰਾ ਤੇ ਨਫਸਿਆ ਤੇ ਤੁਕ ਬਿਸਤਰ ਮਿਲਵੇ ਸੀ। ਤੁਕ ਬਿਸਤਰ ਸ਼ਾਇਦ ਮੈਂ ਸਮਝਾ ਨਾ ਸਕਾ, ਤੁਕ ਰਾਤ ਦੇ ਜਾਗਣ ਤੋਂ ਬਾਅਦ ਥੱਕੇ ਹੋਏ ਵੇ ਬਿਸਤਰ ਮਿਲਵੇ ਸੀ, ਆਰਾਮ ਨਾਲ ਸਾਹਮਣੇ ਸੋ ਤੇ ਅਲੀ ਦੀਆਂ ਧੀਆਂ ਅੱਜ ਤੂੰ ਜਾਗੀਆਂ ਨਾ। ਕਹਿਣ ਦਾ ਦਿਲ ਦੁੱਖ ਤਾਂ ਮਾਫ ਕਰੇ ਸੋ, ਬਿਸਮਿਲ੍ਲਾ ਸਈਅਦ ਬੈਠੀ ਹੋ ਮੇਰੀ ਮਜਲਿਸ, ਤੇਰੇ ਵੈਨ ਦੇ ਸੈਨਨ ਜੋ ਰਾਤ ਰਵਣ ਵਾਲਾ ਮਜਲੇ ਸਜਾਇਆ ਬੈਠੇ, ਬਿਸਮਿਲ੍ਲਾ ਕਰਾ। ਮੈਨੇ ਅਹਲ ਮੰਦਾ ਹੱਥ ਕਿਉਂ ਬਣਾਇਆ, ਮੈਂ ਤੇਰਾ ਨਾ ਕਰਾਂ। ਇਹਦੀਆਂ ਜਾਗੀਆਂ ਨੇ ਲੀਦੀਆਂ ਧੀਆਂ ਤਰੀਖਾ ਦੀਆਂ ਕਬਰ ਦੇ ਵਹਿਨਾਂ ਤੱਕ ਸੁੱਤੀਆਂ ਨਹੀਂ, ਕਬਰ ਦੇ ਵਹਿਨਾਂ ਤੱਕ ਸੁੱਤੀਆਂ ਨਹੀਂ। ਬਿਸਮਿਲ੍ਲਾ ਭਾਈ ਜਾਨ, ਇਹ ਮੇਰੀ ਸੈਣ ਦਾ ਖੁਤਬਾ ਹੈ, ਕਹਿ ਜ਼ਾਕਰ ਮੌਲਵੀ ਦੀ ਰਵਾਇਤ ਨਹੀਂ। ਜਿਹਨਾਂ ਧੀ ਅਲੀ ਦੀ ਜ਼ਿੰਦਗੀ ਹੋਈ ਭਾਈ ਜਾਨ ਵੱਲੀ ਹੈ ਨਾ, ਜ਼ਿੰਦਗੀ ਦਰਾਜ਼ ਹੋਵੀ ਨਾਨੇ ਦੀ ਕਬਰ ਤੇ, ਕਿਉਂਕਿ ਹਜ਼ਰਤ ਅੱਬਾਸ ਦਾ ਜਨਾਜ਼ਾ ਆਉਣਾ ਹੈ, ਉਸੇ ਨਿਸਬਤ ਨਾਲ ਆਖਾ ਇਹਨੇ ਦੋ ਚਾਰ ਜੁਮਲੇ। ਭਾਈ ਜਾਨ, ਨਾਨੇ ਦੀ ਕਬਰ ਤੇ ਆ ਕੇ ਆਖਿਆ ਸੀ, ਨਾਨਾ ਜਾਨ ਕਬਰ ਤੋਂ ਬਹਿਰਾ ਮੈਂ ਸ਼ਾਮ ਚ ਜੀਂਦੀ ਵੱਲ ਆਈ ਹਾਂ, ਉਹ ਮੈਂ ਸਦਕੇ ਦੀਵਾਂ ਨਾਨਾ, ਜਿੱਥੋਂ ਮੈਂ ਜੀਂਦਾ ਨਹੀਂ ਵਲਣਾ ਨਾ, ਮੈਂ ਜੀਂਦੀ ਵੱਲ ਆਈ ਹਾਂ। ਤੇ ਨਾਨਾ ਮੇਰਾ ਦੁੱਖ ਸੁਣ, ਤੇਰੇ ਉਮਤੀਆਂ ਅੱਬਾਸ ਤੋਂ ਬਾਅਦ ਮੈਂ ਕੋਈ ਇਹਦਾ ਜਗਾਇਆ ਹੈ, ਮੈਂ ਕੋਈ ਦਾ ਜਗਾਇਆ ਨੇ, ਜਾਗ ਜਾਗ ਮੇਰੀ ਦੀਦ ਮੁੱਕ ਗਈ ਏ। ਮੈਂ ਸਦਕੇ ਦੇਵਾਂ, ਮੈਂ ਕੋਈ ਦਾ ਜਗਾਇਆ ਹੀ ਨੇ, ਜਾਗ ਜਾਗ ਮੇਰੀ ਦੀਦ ਮੁੱਕ ਗਈ ਏ। ਅਜ਼ਾਦਾਰ ਬੈਠੇ ਹੋ ਸ਼ਾਮ ਗਰੀਬਾਂ ਦੀ ਰਾਤ ਏ, ਕਹਿੰਦਾ ਦਿਲ ਮੈਂ ਮਾਫ਼ ਕਰੇ ਸੋ, ਨਮਾਜ਼ੀ ਲੋਕ ਮੇਰੇ ਸਾਹਮਣੇ ਬੈਠੇ ਹੋਏ, ਅੱਲਾਹ ਤੋਂ ਨਮਾਜ਼ ਪੰਜ ਗਾਨਾ ਪੜ੍ਹਨ ਦੀ ਤੋਫੀਕ ਅਤਾ ਫਰਮਾਵੇ। ਮੈਂ ਗੁਨਾਹਗਾਰ ਸਮੇਤ ਰਾਤ ਰੋਣ ਵਾਲਾ ਇਮਾਮ ਜ਼ੈਨੁਲ ਆਬਦੀਨ ਫਰਮਾਇਦਾ ਹੈ, ਸ਼ੀਆਓ ਉਹ ਮੇਰੇ ਬਾਬੇ ਕਰੋਵਣ ਵਾਲੋ, ਹਰ ਨਮਾਜ਼ ਤੋਂ ਬਾਅਦ ਮੇਰਾ ਲਫ਼ਜ਼ ਸਮਝੇ ਸੋ, ਹਰ ਨਮਾਜ਼ ਤੋਂ ਬਾਅਦ ਹਰ ਇਸ ਬਿਨ ਨੌਫਲ ਦੇ ਉੱਤੇ ਲਾਨਤ ਕੀਤੀ ਕਰੋ। ਮੈਂ ਵੱਧ ਪਿਆ ਦਾ ਸਜਾਦ ਅਤੇ ਹਾਰਿਸ ਬਿਨ ਨੌਫਲ ਦੇ ਉੱਤੇ ਲਾਨਤ ਕੀਤੀ ਕਰੋ। ਕਹਿੰ ਪੁੱਛੇ ਸਜਾਦ ਕੋਲੋਂ, ਮੌਲਾ ਇਹਦੇ ਉੱਤੇ ਲਾਨਤ ਦਾ ਹੁਕਮ ਕਿਉਂ ਦਿੰਦੇ ਵੇ? ਫਰਮਾਇਆ ਇਹ ਉਹ ਬਗੈਰਾ ਤੇ ਜਿੱਦਾਂ ਦਾ ਮੇਰਾ ਚਾਚਾ ਲੱਥਾ ਨਾ, ਬਿਸਮਿਲ੍ਲਾ ਸੋਹਣੀ ਗੱਲ ਕੀਤੀ ਹੈ ਤਾਂ ਮੈਂ ਪਿਆ ਕਰੇ ਨਾਮੀ, ਜਿੱਦਾਂ ਦਾ ਮੇਰਾ ਚਾਚਾ ਲੱਥਾ ਇਹਦੀ ਡਿਪਟੀ ਆਈ ਦੇ ਹੱਥ ਦੇ ਵਿੱਚ ਤਾਜ਼ੀਆ ਨਾ ਆਉਂਦਾ ਹੈ, ਉਹ ਮੈਂ ਸਦਕੇ ਵੰਨਾ ਜਿੱਥਾ ਮੇਰੀ ਮਾਂ ਸਮਝਦੀ ਆ ਯਾ ਕਿ ਉਠਾ ਛੁੜਿਆ ਨਾ, ਮੇਰੇ ਕਹਿ ਪਰਦਾਦਾਰ ਕੋ ਬਿਸਮਿਲ੍ਲਾ ਨੀਂਦ ਆਈਏ, ਮੈਂ ਸਦਕ ਵੰਨਾ ਜਿੱਥਾ ਮੇਰੇ ਪਰਦਾਦਾਰ ਸਮਝਦੇ ਆਏ, ਮੈਂ ਸਦਕ ਵੰਨਾ ਆ ਕੇ ਜਗ੍ਹਾ ਛੁੜਿਆ ਆਈ। ਹਾਂ ਫਿਰਾਵਾਂ ਵਾਲੇ ਫਿਰਾ ਬੈਠੇ ਹੋ, ਕਦਾ ਤੁਹਾਡੇ ਫਿਰਾਵਾਂ ਦੇ ਮਾਣ ਨਮੁੱਕੇ ਨੂੰ। ਹੁਣ ਜ਼ਿਆਦਾ ਪੜ੍ਹਨ ਦਾ ਵਕਤ ਨਹੀਂ, ਇੱਕ ਬਜ਼ੁਰਗਾਂ ਦੇ ਬੰਦ ਤੋਂ ਮੈਂ ਜਨਾਬ ਅੱਬਾਸ ਦੇ ਸ਼ਹਾਦਤ ਦੇ ਦੂਜ ਮਲਿਆ ਦਾ ਵੱਤ ਮੈਂ ਜਨਾਜ਼ਾ ਮੰਗਵੇ ਸਾਂ, ਬੈਠੇ ਰਾਸੋ ਤਾਂ ਕਿ ਮੈਂ ਮਜਲਿਸ ਮੁਕੰਮਲ ਸੁਣਵਾ ਕੇ ਨਾ, ਸਾਲ ਦੀ ਹਸਰਤ ਆਉਂਦੀ ਹੈ ਨਾ, ਕੋਈ ਗੱਲ ਨਹੀਂ, ਤੁਸੀਂ ਇੱਕ ਰਾਤ ਦੇ ਜਾਗੇ ਹੋਏ ਸੋ। ਲੱਥਾ ਸੀ
مان لراسیاں دا وچ خیامت پائے گئی بسم اللہ شہرہ دکھیل ٹیک دعا او بھر جائیں دی ماں دی خاکت بہ گئی میری گل سمجھو میں نہ سمجھا سکا بھائی جان بہنی تو ٹیک پھراواں دی گھن دی قسمت چلی دیا دیا دی گھن ٹیک دعا بھر جائیں دی مایا دی خاکت بہ گئی شہرہ دے موکر فرات دو فضل دی امڑی یا حکلا دے دی رہ گئی روک بی بی آدھے اٹھ جاگ محافظ ہے وہ پردے دا تیری بھیڑ دی چادر میں صدقے ونیا بھرا والے بھرا بیٹھے ہو چلکے بھرا کجا جا جی بھرا دی موت صدمہ نہ دیکھنا پوے اللہ گواہ وے قیامت منظر آئی جدا حسین عباس دی لاش تے آ بیٹھے غازی دا زخمی سر جا کے حسین زالو ترکا ہے عباس دے نوکرو بھائی جان تڑپ دا ہویا سر جا کے حسین مٹی ترکا جا وقت حسین جھولی ج پیندے عباس مٹی ترک دے جا میں تریجی دفعہ وقت پیا دا بھائی جان میری گل سمجھے سو تو میرے بہن دی سمجھ آ سی جلے تریجی دفعہ سر رکھا سی حسین دے عباس بغیر بازواں دے لہنداری ہے جدا کوئی سوار لہوے گھوڑے تو لہدا کیویں وسدے علاقے دے لوگ بیٹھے ہو جدا کوئی لہوے بھائی جان بازواں دے آسرے نال لہدا ہے عباس بغیر بازواں دے لتھا ہے ایڈا اوکھا لتھا ہے طریقہ دے گھوڑا دوڑدا رہی ہے رگا وچ پیر پھسا ہوا ہے کربلا دی زمین غازی دے چہرے دی بوس گھلدی رہی ہے حسین دے وائلا دے میں تو دور نہ وانے نہ ٹر سکدا چھوک کمار غریب دی گئی ہے میں جیندا نہیں ہو میرا چن ویر اور بسم اللہ میں نے عالم اللہ چلو نصر نہیں تجھے وین دے رنگ سن لائے میں رنگ بدلیا میں صدقے ونیا میں تو دور نہ لانے نہ ٹور سکدا چوک کمار غریب دی گئی ہے میں جیندا نہیں ہو میں دا چن ویلنا وا میں دی لاش سدیں دی پئی بسم اللہ ہن حسین دی تے تباس روندا پئی حسین دا نباد بازواں دا در نہیں میں پر منگا دیا ملکہ درلے پرال کریں درا میں فرمایا نہیں میں کو کہیں چیز دی ضرورت نہیں حسین دا روندا جو پئی فرمایا اپنے دکھا کو نہ روندا کہیں دے دکھا کو روندا ہے حسین دا تے جے غریب سردار دے کیڑا دکھ میرا یاد آئی غازی یاد ہے میں بھاوے جو باہر بازواں دے اوکھا لتا تساں جلدی نال میری لاش تے آئی وے میرا سر جا کے زالو تے رکھائی وے کربلا دی ریس وا کیتی وے عباس دے میں تا روزا ہن اللہ دے تائیں تسا بج دے گھوڑے تو لہنا ہے نکائیں دادا سار جھولج پاوانا لاؤڑے میں صدا کھنیا نکائیں تسلی دیوان والا ہوڑے انہوں سائنا جنب آس تیاری کر میں تکو خیمے گھین جلا انتظار مقام ایک جملہ پڑا بھائی جان جدا کے تیاری کر سیدہ دا جو میں تکو خیمے نے واپاس دی لاش تڑپ گئی ہے اولے اولے فرمایا مات دکھ پاس دا واسطے میں کو خیمے نہ نیمے کیوں وجہ کیا ہے آدن وجہ ہے جائے مشک پوائی آئی میں ہوں دن آل وعدہ کر آیا ہمیں جے میں آیا ہوں تا پانی آسی مدہ سکینہ پوچھے چاچا چاہ تو تا آیا ہے پانی نہیں آیا بسم اللہ میں کیرا جواب دے دائے پہلی وجہ ماتمی ہو جو حسین نے گلایا دو جی وجہ کے ریا دے ماد لکے پاس دواز دینہ نیویں میری غیرت گوارا نہیں کریں دی جو نو کر دل آج تے زینب دیوال کھلے لے یا تو وجہ وے جو کربلا تو شام دے وینا دائیں ہر شہید آئی جدہ سر نو کی نیزہ تے بلند ہوئے عباس و غریب جن
ਦਾ ਸਰ ਗੋਲੇ ਜਿਗਰ ਦੇ ਲਾਲ ਬੱਧਾ ਹੋਇਆ ਈ ਹਵਾਲ ਸਰ ਜਿਕਾ ਕਰੇ ਦਾ ਈ ਸਰ ਜ਼ਮੀਨ ਤੇ ਆਵੇ ਦਾ ਈ ਗਾਜ਼ੀਆਂ ਦੇ ਮੈਂ ਅੱਖੀ ਖੁੱਲੇ ਮੈਂ ਬਿਸਮਿਲਾ ਕਰਾ ਮੈਂ ਅੱਖੀ ਖੁੱਲੈਂਦਾ ਮੈਂ ਕੋ ਬਲਾਰ ਦੇ ਮਾਹੌਲ ਜਦੈ ਲੱਭ ਦੇ ਖੁੱਲੇ ਵਾਲ ਨਜ਼ਰ ਆਉਂਦੇ ਲਾ ਅੱਬਾਸ ਦਾ ਜਨਾਜ਼ਾ ਆਉਣਾ ਉਸੇ ਹਵਾਲੇ ਨਾਲ ਨੇ ਸਬਰ ਕਰੇ ਦੋ ਮੈਂ ਇੱਕ ਜੁਮਲਾ ਪੜਦਾ ਦੇਵਾ ਸ਼ਬੀ ਮੰਗਵੈਂਦਾ ਦੋ ਗੁੰਬਾ ਕੰਮ ਦੀ ਦਾਵਤ ਰਹਿੰਦਾ ਕਰਬਲਾ ਦੇ ਜਿਤਨੇ ਸ਼ਹੀਦ ਹੈ ਹੁਸੈਨ ਹਰ ਕੈ ਕੁਛ ਆ ਕੇ ਗਿਲਾ ਹੈ ਭਾਵੇਂ ਜੋ ਕਾਸਿਮ ਦੀ ਗੰਢੜੀ ਬਣਾ ਕੇ ਜਾਉਣਾ ਪਿਆ ਸੀ ਗੈਰਤਮੰਦ ਭਾਈ ਜਾਨ ਕਾਸਿਮ ਕੁਛ ਆ ਕੇ ਗਿਲਾ ਹੈ ਜ਼ਿੰਦਗੀ ਦਰਾਜ਼ ਹੋਈ ਅਸਗਰ ਕੋ ਹੱਥਾਂ ਤੇ ਤੀਰ ਲਗਾਈ ਸੀ ਪੁੱਠਾ ਹੋਇਆ ਪੋਤਰਾ ਖੈਮੇ ਚ ਆ ਕੇ ਗਿਲਾ ਹੈ ਡੂ ਬਣੇ ਜਾਂ ਗੁਗਠਾ ਜਾਉਣਾ ਪਿਆ ਹੁਸੈਨ ਚ ਆ ਕੇ ਗਿਲਾ ਹੈ ਮੇਰੇ ਤੇ ਸਵਾਲ ਕਰੋ ਗਾਜ਼ੀ ਕੋ ਕਿਉਂ ਨਹੀਂ ਗਿਲਾਇਆ ਕਿਹੜੀ ਮਜਬੂਰੀ ਹੈ ਦਰ ਯਾਰਾਂ ਦੀ ਰਾਤ ਮੈਂ ਮਾਫੀ ਮੰਗਦਾ ਨਾਰਾਜ਼ ਨਾ ਹੋ ਐਸੇ ਅਜ਼ਾਦਾ ਦੁਆ ਕਰਾਏ ਪੁੱਛਿਆ ਗਿਆ ਜਨਾਬ ਸਜਾਦ ਕੋਲੋਂ ਜੋ ਤੇਰੇ ਚਾਚੇ ਬਾਸ ਕੁਦਰਾ ਬਾਬਾ ਚ ਆ ਕੇ ਕਿਉਂ ਨਹੀਂ ਗਿਲਾਇਆ ਸਜਾਦ ਤੇਰਾ ਦਵਾਦ ਗਈ ਫਰਮਾਇਆ ਮੇਰੇ ਜ਼ਖਮ ਨਾ ਦੁਖਾ ਤੈਨੂੰ ਕਹਿ ਦਸਾਂ ਜੋ ਮੇਰੇ ਬਾਬਾ ਚਾਚੇ ਕੋ ਕਿਉਂ ਨਹੀਂ ਗਿਲਾਇਆ ਤੇ ਬੰਦਾ ਦੇਖਿਆ ਤੇ ਮੌਲਾ ਦਸਾਓ ਜੋ ਕਿਉਂ ਨਹੀਂ ਗਿਲਾਇਆ ਸਜਾਦਾ ਤੇ ਮਜਬੂਰੀ ਆਈ ਕੋਈ ਹੱਥ ਨਹੀਂ ਦੇ ਚਾਚੇ ਕੋ ਨਾ ਮਾਰਾ ਹੋਵੇ ਇਹਦਾ ਜ਼ਖਮੀ ਆਈ ਬਾਬਾ ਚਾਚਾ ਇਲਾਜ ਝੜਪਦੀ ਆਈ ਉਹ ਚਾਈ ਲਾਸ਼ਾਂ ਖੜੋਦਾਰਿਆ ਆਦਾ ਕੀ ਲਗੀ ਐ ਜਾ ਮੇਲਾ ਓ
ਸਾ ਛੁੜਾਏ ਇਹੋ ਵੇਣ ਪਿਆ ਦਾ ਰੱਬ ਜਾਣੇ ਪਹੁੰਚਾ ਹੁਸੈਨ ਤੜਪ ਗਏ ਜਨਾਬ ਅਬਾਸ ਇਤਨੇ ਕਮਜ਼ੋਰ ਆ ਗਏ ਹੁਸੈਨ ਤਰੇ ਵਾਰੀ ਜ਼ਮੀਨ ਤੇ ਛੜੇ ਜਦੋਂ ਤੀਜੀ ਵਾਰੀ ਜ਼ਮੀਨ ਤੇ ਛੜੇ ਅਬਾਸ ਹੁਸੈਨ ਵਾਲੇ ਪਾਸੇ ਦੇਖਿਆ ਤਾਂ ਮੇਰੀ ਲਾਸ਼ ਨਾ ਚਾ ਗਰੀਬ ਬਾਸ ਲਾਸ ਜਿਹੜਾ ਪਹੁੰਚਾ ਹੈ ਤੜਪ ਕੇ ਲਾਸ਼ਾ ਬਾਸ ਅਦਕੇ ਆਖਣੇ ਮੇਰੀ ਲਾਸ਼ ਕੁਦਰਤ ਕੇ ਅਭਾਗਾ ਦੇ ਕੁਦਰਤ
قدرت کی عطا والے 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 آواز تڈی ہاں کوئی دی ظالم او میں کم سنہا نہ لڑ سکدی ہتھ بن کے عرض کر سکدی میں کم سنہا نہ لڑ سکدی ہتھ بن کے عرض کر سکدی کر قتل نہ میرے بابے کو کر قتل نہ میرے بابے کو من ظالم رب قیدوں سے چھٹی آپ گئے قیدوں سے چھٹی آپ بیماریا گئے قیدوں سے چھٹی آپ بیماریا گئے قیدوں سے چھٹی آپ بیماریا گئے قیدوں سے چھٹکے عابد بھی ماریا 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 گئے میں کربلا کے سوگوار آ گئے بندوں میں کربلا کے سوگوار آ گئے قیدوں سے چھٹکے عابد بھی ماریا گئے قیدوں سے چھٹکے عابد بھی ماریا گئے میں کربلا کے سوگوار آ گئے بندوں میں کربلا کے سوگوار آ گئے قیدوں سے چھٹکے عابد بھی ماریا 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 گئے
محمد و آل محمد، میرے اللہ جتنے لوگ آئے میرے اللہ نبی خیر فرما، عزت فرما، میری کلیج عبادت قبول فرما، وستے رہو، آباد رہو۔ لمبی دعا نہ مانگدا، شبیر قتل ہو گیا، آپ تھک کی بیٹھی، میں اور دعا نہیں مانگدا، ہوں میں اس لیے کہ پینا کڑیاں تو پہنتی بیٹھی ہے۔ اللہ دی قسم ہے میں روایت غلط نہ پڑھ سا، جڑا ذاکر پڑھ دینا میں رسیاں سٹیاں نے، خدا دی قسم ہے حیا کوئی نہیں اس کنی نے کیتا، جناب رباب نو آپ کڑیاں نچ پوائیاں بغیر تاں پوائیاں، میرا اللہ تھکی ہوئی مستور جو سکے پینی ہے، انشاءاللہ شاید پوترے دی قبر بچ بنے، ایک تھکی ہوئی ہے دعا تسی ہے، تے شام تے حملے پے ہوندے، انشاءاللہ زینب دی قبر بچ بنے، پہلے چادر نس بچی ہن انشاءاللہ قبر بچ بنے، صدقہ اس مسافر شام دا، بی بی تیرے پتر سجاد دی قبر تے نہیں بچی، خدا کرے تیری قبر بچ بنے، امام زمانہ دا جر ظہور ہوئے اسا امام زمانہ دے کو ہاتھ جوڑ کے آکھیے مولا تیری ماں دے اجڑ ونجن دا وڈا ارمان، مولا سلامت رکھے، آباد رہو، اس طرح محفوظ رہو، سب تمام حضرات جتنے آئے ہو مولا تیری اس طرح محفوظ فرمائے، وہ توجہ زیارت، السلام علیکم نبی اللہ، السلام علیکم یا رسول اللہ، السلام علیکم یا حجت اللہ، السلام علیکم یا بعث اللہ، السلام علیکم و رحمۃ اللہ وبرکاتہ، السلام علیکم یا باب دل الحسین، السلام علیکم یا ابن رسول اللہ، السلام علیکم یا ابن امیر المومنین و ابن سید البشرین، السلام علیکم یا ابن فاطمہ زہرا سیدۃ نساء العالمین، السلام علیکم و رحمۃ اللہ وبرکاتہ، السلام علیکم مولانا یا غریب الغربا، السلام علیکم من یفای والفقرا، السلام علیکم وسیعت و دوار فی یوم الجزا، السلام علیکم یعنی سن نفوس ایو المدفون بیرد توس، السلام علیکم ورحمت اللہ وبرکاتہ، السلام علیکم مولانا یا صاحب الاسر والزمان، السلام علیکم یا امام الانسر جان، السلام علیکم یا شریک القرآن، السلام علیکم مظہر الایمان، السلام علیکم یا دافع الظلم والعدوان، جل اللہ فرجک وسال اللہ مخرجک وظہورک، السلام علیکم ورحمت اللہ وبرکاتہ، السلام علیکم یا بل فضل عباس، السلام علیکم اسیر شام باواز بلند سلوا۔ تمام حضرات کا بڑا شکریہ، تسا مظلوم دے فاتحہ خانی تے آئے ہو، مولا تن وسطیا رکھے، آباد رکھے، علی رضا کچھ مہمان سنبھال،